ਦੋਸਤੋ ਸਤਿ ਸ੍ਰੀ ਅਕਾਲ ਗਿਲਜ ਮੈਂਟਰ ਦੇ ਅਫੀਸ਼ੀਅਲ YouTube ਚੈਨਲ ਤੇ ਮੈਂ ਤੁਹਾਡਾ ਸਵਾਗਤ ਕਰ ਰਿਹਾ ਹਾਂ ਦੋਸਤੋ ਇਸ ਵਕਤ ਦੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਪੰਜਾਬ ਪਟਵਾਰੀ ਦੇ ਸਬੰਧ ਚ ਜਿੰਨੇ ਵੀ ਸਟੂਡੈਂਟਸ ਤੇ ਵੇਟ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਤੁਹਾਨੂੰ ਵਾਕਈ ਹੀ ਸਕੂਨ ਮਿਲੇਗਾ ਇਸ ਖਬਰ ਨੂੰ ਜਾਣਨ ਤੋਂ ਬਾਅਦ ਜਿਵੇਂ ਕਿ ਪੂਰੀ ਪੂਰੀ ਉਮੀਦ ਸੀ ਕਿ ਜਨਵਰੀ ਦੇ ਪਹਿਲੇ ਹਫਤੇ ਚ ਦੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣਗੇ ਪਰ ਕਿਤੇ ਨਾ ਕਿਤੇ ਡਿਲੇ ਹੋਇਆ ਆ ਔਰ ਇਹਦੀ ਪ੍ਰਕਿਰਿਆ ਸਿਗੀ ਕਿ ਕੈਟਾਗਰੀ ਵਾਈਜ਼ ਪ੍ਰੋਪਰ ਨੋਟੀਫਿਕੇਸ਼ਨ ਬਣਾ ਕੇ ਜਾਰੀ ਕੀਤਾ ਜਾਵੇ ਤਾਂ ਇਹਦੀ ਇੱਕ ਛੋਟੀ ਜੀ ਜਾਣਕਾਰੀ ਨਿਕਲ ਕੇ ਅੰਦਰੋਂ ਆਈ ਹੈ ਜਦੀ ਪੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜੇਕਰ ਤੁਸੀਂ ਚਾਹੋ ਨੀ ਤੁਹਾਡੇ ਤੱਕ ਐਦਾਂ ਹੀ ਸਰਕਾਰੀ ਅਸਾਮੀਆਂ ਲੇਟੈਸਟ ਜਾਣਕਾਰੀ ਪੇਪਰ ਦੇ ਸਮਨ ਸਿਲੇਬਸ ਵਨ ਇੰਪੋਰਟੈਂਟ ਅਪਡੇਟਸ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਹੈ ਕਿ ਸਾਡੀ ਇੰਸਟਾਗ੍ਰਾਮ ਟੈਲੀਗ੍ਰਾਮ ਵਟਸਐਪ ਤੇ ਕਲਿੱਕ ਕਰਕੇ ਜੁੜ ਸਕਦੇ ਨੇ ਜਿੱਥੇ ਇੰਪੋਰਟੈਂਟ ਅਪਡੇਟਸ ਇਦੇ ਨਾਲ ਨਾਲ ਦੱਸਣਾ ਚਾਹੁੰਨਾ ਹੈ ਕਿ ਪੰਜਾਬ ਪਟਵਾਰੀ ਦੀ ਪੰਜਾਬ 'ਚ ਇੱਕੋ ਮਾਤਰ YouTube ਚੈਨਲ ਗਿਲਜ਼ mentor ਤੁਹਾਨੂੰ ਤੜਲੇ ਮੰਗ ਤਿਆਰੀ ਕਰਵਾ ਰਿਹਾ ਵਾ ਡੇਲੀ ਲਾਈਵ ਕਲਾਸਾਂ ਚੱਲ ਰਹੀਆਂ ਨੇ ਦੋਸਤੋ ਦੇਖਣਾ ਨਹੀਂ ਭੁੱਲਣਾ ਔਰ ਜਿਨ੍ਹਾਂ ਦੀ ਜਾਣਕਾਰੀ ਡਿਸਕ੍ਰਿਪਸ਼ਨ 'ਚ ਮਿਲ ਜੇਗੀ ਪਲੇਲਿਸਟ ਤੇ ਜਾ ਕੇ ਤੁਸੀਂ ਪੂਰੇ ਲੈਕਚਰਸ ਦੇਖ ਸਕਦੇ ਹੋ ਅਤੇ ਇਹਨਾਂ ਦੇ PDF's ਵੀ ਤੁਹਾਨੂੰ ਪ੍ਰੋਵਾਈਡ ਕਰਵਾਏ ਜਾ ਰਹੇ ਹੈ ਜੇ ਤੁਸੀਂ ਚਾਹੋ ਤਾਂ ਤੁਹਾਡੇ ਤੱਕ e-books ਹੈ ਸੈਕਸ਼ਨਲ ਟੈਸਟ ਹੈ ਮੌਕ ਟੈਸਟ ਹੈ ਤਾਂ ਕਿ ਤੁਸੀਂ ਹੋਰ ਤਿਆਰੀ ਕਰ ਸਕੋ ਲਗਭਗ 5000 ਤੋਂ ਜ਼ਿਆਦਾ ਕੁਐਸਚਨਸ ਕਵਰ ਕਰ ਰੱਖੇ ਨੇ ਅਸੀਂ ਤਾਂ ਤੁਸੀਂ ਸਾਡੀ ਵੈਬਸਾਈਟ ਹੈ www.giljmentortest.te ਵਿਜ਼ਿਟ ਕਰ ਸਕਦੇ ਹੋ ਜਾਂ ਤੁਸੀਂ www.giljmentor.co.in ਤੇ ਵਿਜ਼ਿਟ ਕਰ ਸਕਦੇ ਹੋ ਉੱਥੇ ਵੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਏਗੀ ਦੋਸਤੋ ਪੰਜਾਬ ਕੈਰੀਅਰ ਅਡਾ ਪੰਜਾਬ ਦਾ ਇੱਕ ਚੈਨਲ ਹੈ ਜਿਹਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਿਹਦੇ ਲਿੰਕਸ ਤੁਹਾਨੂੰ ਦੇ ਰੱਖਿਆ ਹੈ giljmentor ਦਾ ਸੈਕੰਡ ਚੈਨਲ ਹੈ 2.0 ਹੈ ਜਿੱਥੇ ਵੀ ਤੁਹਾਨੂੰ ਪੰਜਾਬ ਪੁਲਿਸ tatha ਪੰਜਾਬ ਦੇ ਹੋਰ ਪੇਪਰਾਂ ਦੀ ਵੀ ਤਿਆਰੀ ਕਰਾਈ ਜਾ ਰਹੀ ਹੈ ਦੋਸਤੋ ਇਹ ਨੋਟੀਫਿਕੇਸ਼ਨ ਹੈ ਜੋ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਪੋਸਟਾਂ ਕੈਟਾਗਰੀ ਵਾਈਜ਼ ਰੈਡੀ ਕੀਤੀਆਂ ਜਾ ਰਹੀਆਂ ਹਨ ਕੈਟਾਗਰੀ ਵਾਈਜ਼ ਮੈਂਸ਼ਨ ਕੀਤੀਆਂ ਜਾ ਰਹੀਆਂ ਹਨ ਤਾਂ ਉਹਦੇ ਸਬੰਧ ਚ ਇੱਕ ਨੋਟੀਫਿਕੇਸ਼ਨ ਨਿਕਲ ਕੇ ਆਇਆ ਕਿ ਜਿਵੇਂ ਜ਼ਿਲ੍ਹੇ ਦਾ ਨਾਮ ਹੈ ਯਾਨੀ ਟੋਟਲ ਜਿੰਨੀਆਂ ਅਸਾਮੀਆਂ ਅਮ੍ਰਿਤਸਰ ਦੇ ਵਿੱਚ ਜਿਵੇਂ 318 ਅਸਾਮੀਆਂ ਨਨ ਦੇ ਰੱਖਿਆ ਲੇਕਿਨ ਜਿਹਦੇ ਚੋਂ ਖਾਲੀ ਕਿਨੀਆਂ ਨੇ ਪੈਂਡਿੰਗ 39 ਪੋਸਟਾਂ ਆ ਫਤਿਹਗੜ੍ਹ ਸਾਹਿਬ ਦੇ ਵਿੱਚ 118 ਨੇ ਜਿਹਦੇ ਚੋਂ 25 ਪੋਸਟਾਂ ਆ ਗੁਰਦਾਸਪੁਰ 336 ਜਿਹਦੇ ਚੋਂ 53 ਪੋਸਟਾਂ ਆ ਪਟਿਆਲਾ 259 ਜਿਹਦੇ ਵਿੱਚ 38 ਪੋਸਟਾਂ ਆ ਔਰ ਐਸਐਸ ਨਗਰ ਦੀ ਗੱਲ ਕਰੀਏ 141 ਦੇ ਵਿੱਚ ਜਿੱਥੇ ਇੱਥੇ 21 ਪੋਸਟਾਂ ਨੇ ਔਰ ਐਦਾਂ ਹੀ ਸ੍ਰੀ ਮੁਕਸਰ ਸਾਹਿਬ ਦੀ ਗੱਲ ਕਰੀਏ ਤਾਂ 122 ਦੇ ਵਿੱਚੋਂ 2 ਠੀਕ ਹੈ ਔਰ ਇਹ ਪੂਰੀ ਜਾਣਕਾਰੀ ਅਫੀਸ਼ੀਅਲ ਡਾਟਾ ਨੋਟੀਫਿਕੇਸ਼ਨ ਜੋ ਰੈਡੀ ਹੋ ਰਿਹਾ ਹੈ ਦੋਸਤੋ ਉਹਦੇ ਸਬੰਧ ਚੋਂ ਨਿਕਲ ਕੇ ਆਇਆ ਹੈ ਇਹਦੀ ਜਾਣਕਾਰੀ ਪੂਰੀ ਤੌਰ ਤੇ ਵਿਸਤਾਰ ਤੌਰ ਤੇ ਤੁਹਾਨੂੰ ਮੈਂ ਦੱਸਾਂਗਾ ਜਿਵੇਂ ਕਿ ਇਹਦੀ ਪੂਰੀ ਚਰਚਾ ਹੈਗੀ ਕਿ ਜਨਵਰੀ ਦੇ ਵਿੱਚ ਇਹ ਪੂਰਨ ਤੌਰ ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣਗੇ ਦੋਸਤੋ ਉਮੀਦ ਨਾ ਛੱਡੋ ਤਿਆਰੀ ਸਭ ਤੋਂ ਇੰਪੋਰਟੈਂਟ ਹੈ ਤੁਸੀਂ ਜਿੰਨੇ ਪਹਿਲਾਂ ਤਿਆਰੀ ਕਰਨ ਲੱਗੋਗੇ ਦੂਜਿਆਂ ਨਾਲੋਂ ਉਹਨਾਂ ਹੀ ਬਿਹਤਰ ਹੋਏਗਾ ਠੀਕ ਹੈ ਤਾਂ ਇਹ ਇਨਫਾਰਮੇਸ਼ਨ ਇਕਨिकल ਕੇ ਆ ਰਹੀ ਹੈ ਜਿਵੇਂ ਕਿ ਬਰਨਾਲਾ 119 ਟੋਟਲ ਪੋਸਟਾਂ ਖਾਲੀ ਨੇ ਲੇਕਿਨ ਇੱਥੇ ਜੋ 24 ਪੋਸਟਾਂ ਖਾਲੀ ਵੇਖਣ ਦੀ ਗੱਲ ਦੱਸੀ ਗਈ ਹੈ ਜਲੰਧਰ ਚ 401 ਟੋਟਲ ਪੋਸਟਾਂ ਨੇ ਜਿਨ੍ਹਾਂ ਚੋਂ 118 ਪੋਸਟਾਂ ਖਾਲੀ ਦੱਸੀਆਂ ਜਾ ਰਹੀਆਂ ਨੇ ਇਦਾਂ ਹੀ ਤਰਨਤਾਰਨ ਦੇ ਵਿੱਚ 229 ਦੇ ਵਿੱਚ 58 56 ਪੋਸਟਾਂ ਹਨ ਮੋਗਾ ਵਿਖੇ 190 ਦੇ ਵਿੱਚ 53 ਪੋਸਟਾਂ ਆ ਹੁਸ਼ਿਆਰਪੁਰ 435 ਦੇ ਚੋਂ 141 ਪੋਸਟਾਂ ਨੇ ਪਠਾਨਕੋਟ 99 ਪੋਸਟਾਂ ਚੋਂ 32 ਪੋਸਟਾਂ ਫਾਜ਼ਿਲਕਾ ਚੋਂ 156 ਚੋਂ 25 ਪੋਸਟਾਂ ਮਾਨਸਾ ਚ 132 ਚੋਂ 29 ਪੋਸਟਾਂ ਐਸਐਸਐ ਨਗਰ 123 ਬਲਕਿ SBS ਨਗਰ ਦੇ ਵਿੱਚੋਂ 179 ਦੇ ਵਿੱਚੋਂ 61 ਪੋਸਟਾਂ ਸੰਗਰੂਰ 300 282 ਦੇ 82 ਦੇ ਵਿੱਚੋਂ 49 ਪੋਸਟਾਂ ਫਿਰੋਜ਼ਪੁਰ 152 ਦੇ ਵਿੱਚੋਂ 44 ਪੋਸਟਾਂ ਤਦਹਾ ਰੂਪਨਗਰ 156 ਤੋਂ 33 ਪੋਸਟਾਂ ਬਠਿੰਡਾ 171 ਤੋਂ 18 ਪੋਸਟਾਂ ਅਤੇ ਲੁਧਿਆਣਾ 435 ਤੋਂ 132 ਪੋਸਟਾਂ 1090 ਪੋਸਟਾਂ ਦੀ ਇੱਥੇ ਗਿਣਤੀ ਕੀਤੀ ਜਾ ਰਹੀ ਹੈ ਔਰ ਇਹਦਾ ਨੋਟੀਫਿਕੇਸ਼ਨ ਬਹੁਤ ਜਲਦ ਤੁਹਾਨੂੰ ਦੇਖਣ ਨੂੰ ਮਿਲੇਗਾ ਆਈ ਹੋਪ ਇਹ ਨੋਟੀਫਿਕੇਸ਼ਨ ਹੁਣੇ ਆ ਜਾਏ ਜਲਦੀ ਆ ਜਾਏ ਤਾਂ ਕਿ ਸਾਰੇ ਸਟੂਡੈਂਟਸਾਂ ਦਾ ਇੱਕ ਉਤਸ਼ਾਹ ਆ ਤੁਹਾਡਾ ਜੋ ਐਕਸਾਈਟਮੈਂਟ ਹੈ ਇਸ ਪੋਸਟ ਨੂੰ ਲੈ ਕੇ ਉਹ ਪੂਰਾ ਹੋ ਜਾਵੇ ਦੋਸਤੋ ਇਹ ਜਾਣਕਾਰੀ ਨਿਕਲ ਕੇ ਆ ਰਹੀ ਹੈ ਔਰ ਬਿਲਕੁਲ ਇਹ ਜਿੰਨੇ ਵੀ ਕਾਲਮ ਖਾਲੀ ਨੇ ਇਹ ਭਰ ਰਹੇ ਨੇ ਪ੍ਰੋਪਰ ਰੈਡੀ ਹੋ ਰਿਹਾ ਹੈ ਔਰ ਇਹਦੇ ਸਬੰਧ ਵਿੱਚ ਜਿੰਨਾ ਜਿੱਕਰੇ ਰੈਡੀ ਹੋਣ ਤੁਸੀਂ ਵੀ ਰੈਡੀ ਹੋ ਕੇ ਆਪਣੀ ਤਿਆਰੀ ਸ਼ੁਰੂ ਕਰੋ ਕਿਉਂਕਿ ਇਹ ਬਹੁਤ ਜਲਦੀ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਜਾਣਕਾਰੀ ਸ਼ੇਅਰ ਕਰ ਦਿਓ ਯਾਰ ਸਾਰਿਆਂ ਨੂੰ ਤਾਂ ਕਿ ਸਭ ਨੂੰ ਕਾਲਜਾ ਠੰਡਾ ਹੋ ਜਾਵੇ ਥੈਂਕ ਯੂ ਸੋ ਮੱਚ ਹੈਵ ਅ ਨਾਈਸ ਡੇ ਟੇਕ ਕੇਅਰ ਬਾਏ ਬਾਏ